मेरे घर मैं गया सीगा अपने रिश्तेदारों के घर रात रहा। मैनू पता लगा सवेरे कि भाई मेरे घर चोरी हो गई है, ताले तोड़ दते अगलिया ने रोड दे नाल। और आंढ गुआंढ दे विच बूहिया दे विच किसी के सेबे बन दते है तो किसी के सरिए फसा दते उन्होंने। तो इत्थे सारा मेरा नुकसान कर गए ने, सारा पैसा पूसा कैश पिया होया सीगा 1,35,000 रुपया। तो हीरिया की मुंदरी सी मेरी, तो एक हैगा सीगा मेरा पुश्तैनी हार हैगा सीगा सोने का, तो एक मेरा हैगा सीगा कड़ा सोने का, तो एक हैगी उहदे विच मेरे चैन सोने की, तो दो गिलास चांदी दी। ਭਾਜੀ ਮੇਰਾ ਨਾਮ ਅਸ਼ਵਨੀ ਕੁਮਾਰ, ਮੈਂ ਗਲੀ ਨੰਬਰ 10 ਦੇ ਵਿੱਚ ਹਾਊਸ ਨੰਬਰ 80B ਫਤਿਹ ਸਿੰਘ ਕਲੋਨੀ 'ਚ ਰਹਿੰਦਾ ਹਾਂ। ਮੇਰੇ ਘਰ ਮੈਂ ਗਿਆ ਹੋਇਆ ਸੀਗਾ ਆਪਣੇ ਰਿਸ਼ਤੇਦਾਰਾਂ ਦੇ ਘਰ ਰਾਤ ਰਿਹਾ। ਮੈਨੂੰ ਪਤਾ ਲੱਗਾ ਸਵੇਰੇ ਕਿ ਬਈ ਮੇਰੇ ਘਰ ਚੋਰੀ ਹੋ ਗਈ ਹੈ, ਤਾਲੇ ਤੋੜ ਦਿੱਤੇ ਅਗਲਿਆਂ ਨੇ ਰੋਡ ਦੇ ਨਾਲ। ਔਰ ਆਂਢ ਗੁਆਂਢ ਦੇ ਵਿੱਚ ਬੂਹਿਆਂ ਦੇ ਵਿੱਚ ਕਿਸੇ ਦੇ ਸੇਬੇ ਬੰਨ ਦਿੱਤੇ ਹੈ ਅਤੇ ਕਿਸੇ ਦੇ ਸਰੀਏ ਫਸਾ ਦਿੱਤੇ ਉਹਨਾਂ ਨੇ। ਅਤੇ ਇੱਥੇ ਸਾਰਾ ਮੇਰਾ ਨੁਕਸਾਨ ਕਰ ਗਏ ਨੇ, ਸਾਰਾ ਪੈਸਾ ਪੂਸਾ ਕੈਸ਼ ਪਿਆ ਹੋਇਆ ਸੀਗਾ 1,35,000 ਰੁਪਈਆ। ਅਤੇ ਹੀਰਿਆਂ ਦੀ ਮੁੰਦਰੀ ਸੀਗੀ ਮੇਰੀ, ਅਤੇ ਇੱਕ ਹੈਗਾ ਸੀਗਾ ਮੇਰਾ ਪੁਸ਼ਤੈਨੀ ਹਾਰ ਹੈਗਾ ਸੀਗਾ ਸੋਨੇ ਦਾ, ਅਤੇ ਇੱਕ ਮੇਰਾ ਹੈਗਾ ਸੀਗਾ ਕੜਾ ਸੋਨੇ ਦਾ, ਅਤੇ ਇੱਕ ਹੈਗੇ ਉਹਦੇ ਵਿੱਚ ਮੇਰੇ ਚੈਨ ਸੋਨੇ ਦੀ, ਅਤੇ ਦੋ ਗਲਾਸ ਚਾਂਦੀ ਦੇ। ਉਹ ਸਾਰੇ ਚੋਰੀ ਕਰਕੇ ਲੈ ਗਏ ਨੇ, ਬਾਕੀ ਉਹਨਾਂ ਨੇ ਕਿਸੇ ਨੂੰ ਛੇੜਿਆ ਨਹੀਂ ਗਾ। ਹਾਂ, ਖਲੇਰਾ ਖਲੂਰਾ ਪਾ ਗਏ ਨੇ, ਮੇਰੇ ਸਾਰੇ ਡਾਕੂਮੈਂਟ ਉੱਥੇ ਦੇ ਉੱਥੇ ਹੀ ਆ ਸਾਰੇ। ਤੁਹਾਡੇ ਕੈਮ CCTV ਕੈਮਰੇ ਲੱਗੇ ਹੋਏ ਸੀ? CCTV ਕੈਮਰੇ ਲੱਗੇ ਹੋਏ ਸੀ, ਉਹਨਾਂ ਨੇ DVR ਹੀ ਪੁੱਟ ਕੇ ਲੈ ਗਏ ਨੇ ਉਹ। ਤੁਹਾਨੂੰ ਕਿਸੇ ਸ਼ੱਕ? ਸ਼ੱਕ ਹੈਗਾ ਵਾ, ਇੱਕ ਬੰਦੇ ਨੂੰ ਵਾਰ ਵਾਰ ਗੇੜੇ ਮਾਰਦਾ ਪਿਆ, ਰਾਤ ਨੂੰ ਵੇਖਿਆ। ਉਹ ਅਸੀਂ ਫੜਾਇਆ ਜ਼ਰੂਰ ਆ ਪੁਲਿਸ ਨੂੰ, ਹੁਣ ਅਨਗੜ ਚੌਂਕੀ ਦੇ ਇੰਚਾਰਜ ਨੂੰ ਫੜਾਇਆ ਵਾ। ਦੇਖੋ ਹੁਣ ਕੀ ਕਰਦੇ ਨੇ ਉਹ। ਪ੍ਰਸ਼ਾਸਨ ਤੋਂ ਕੀ ਮੰਗ ਕਰਦੇ? ਪ੍ਰਸ਼ਾਸਨ ਤੋਂ ਮੈਂ ਮੰਗ ਕਰਦਾ ਵਾਂ ਕਿ ਦੇਖੋ ਜੀ, ਅੱਜ ਦੇ ਟਾਈਮ ਦੇ ਉੱਤੇ ਜੇ ਇਸ ਤਰ੍ਹਾਂ ਹੋਏਗਾ ਕਿ ਕਿਸੇ ਵੀ ਬੰਦੇ ਦੇ, ਸ਼ਰੀਫ ਬੰਦੇ ਦਾ ਤਾਂ ਕੋਈ ਰਹਿ ਹੀ ਨਹੀਂ ਗਿਆ ਨਾ ਕਿ ਵੀ ਇਨਸਾਫ਼ ਉਹਨੂੰ ਛੇਤੀ ਮਿਲੇ। ਮੈਂ ਚੌਂਕੀ ਚਾਰ ਜਾਨਗੜ੍ਹ ਜੀ, ਸਬ ਇੰਸਪੈਕਟਰ ਬਲਦੇਵ ਸਿੰਘ। ਸਾਡੇ ਇਲਾਕੇ 'ਚ ਫਤਿਹ ਸਿੰਘ ਕਲੋਨੀ ਨਿਕਲ ਜੀ 10 ਵਿੱਚ ਚੋਰੀ ਹੋਈ ਹੈ ਰਾਤ ਸਮੇਂ, ਪਰ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ, ਜਲਦੀ ਜਲਦੀ ਕੇਸ ਕਰਕੇ ਮਾਮਲਾ ਸੁਲਝਾ ਕੇ ਕੀਤਾ ਜਾਏਗਾ। ਸਰ, ਚਾਹੀਦਾ ਨਹੀਂ ਵੀ ਜਿਵੇਂ ਚੋਰੀ ਦੇ ਵਾਰਦਾਤਾਂ ਜਾਂ ਲੜਾਈ ਝਗੜੇ ਵੱਧ ਰਹੇ ਨੇ, ਫਿਰ ਰਾਤ ਨੂੰ PCR ਦੀ ਗਸ਼ਤ ਵਧਾਈ ਜਾਵੇ ਤਾਂ ਜੋ ਕੋਈ ਕ੍ਰਾਈਮ ਨਾ ਕਰ ਸਕੇ। ਅਸੀਂ ਆਪਣੀ PCR ਨੂੰ ਕਿਹਾ ਹੋਇਆ ਜੀ, ਉਹ ਸਾਰੇ ਰਾਤ ਗਸ਼ਤ ਕਰਦੇ ਨੇ, ਇਲਾਕੇ ਸਾਰੇ ਰਾਊਂਡਅਪ ਕਰਦੇ ਆ, ਜਿਸ ਤਰ੍ਹਾਂ ਇਲਾਕਾ ਥੋੜ੍ਹਾ ਵੱਡਾ ਹੋਣ ਕਰਕੇ ਅਤੇ ਕਵਰ ਕਰਦੇ ਸਾਰਾ, ਇੰਨੀ ਮੁਸ਼ਕਲ ਨਹੀਂ ਆਉਂਦਾ। ਘੱਲੂ ਘਰੇ ਕਰਕੇ ਕੋਈ ਡਿਊਟੀ ਜਾਰੀ ਲੱਗੇ, ਹੁਣ ਕਰਕੇ ਜੀ ਥੋੜ੍ਹਾ ਪ੍ਰੋਬਲਮ ਆ ਰਹੀ ਹੈ, ਅਤੇ ਵੈਸੇ PCR ਸਾਰਾ ਗਸ਼ਤ ਕਰਦਾ ਰਹੇ।